Oh,
Thank you.
ਟ੍ਰੇਨ ਕੋ ਮਨ
कारण कोई रब नहीं, आप खुद पूरा गुरु
ਟਿਕਾ ਦਿਓ ਅਧੂਰੀ ਨੇ ਅਸੀਂ ਤੇ ਮੇਰੇ ਭਰਮ ਵਿੱਚ ਹਰ ਕਦ
ਕਦਮ ਤੇ ਧੋਖਾ ਖਾ ਲਈ ਨਿਰੇ ਪਖਨ ਨਿਰੇ ਦਿਖਾਵੇ ਦੇ ਵਿੱਚ ਉਲਝ ਕੇ ਰਹਿ ਗਏ। ਗੁਰਮਤ ਪ੍ਰਤੀ ਵੀ ਚੇਤਨਤਾ ਰੱਖੇ ਇੱਥੇ ਸਵਾਲ ਐਸੀ ਗੱਲ ਜੋ ਕਹਿ ਗੁਰਮਤ ਪ੍ਰਤੀ ਵੀ ਚੇਤਨਤਾ ਰੱਖੀ ਜਦੋਂ ਲਫਜ਼ ਆਏ ਨੇ ਨਾ ਐਸੀ ਗੁਰਮਤ ਆਪਣੇ ਗ੍ਰੰਥ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ
ਵੀ ਸੰਸਾਰ 'ਤੇ ਸਦੀਆਂ ਤੋਂ ਰਹਿ ਰਹੇ ਨੇ, ਜਿਹਨਾਂ ਦਾ ਇੱਕ ਗ੍ਰੰਥ ਨਹੀਂ, ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਬੜਾ ਕੁਝ ਸਾਨੂੰ ਮੁਬਾਰਕ ਹੈ ਉਹਨਾਂ ਨੂੰ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਉਹਨਾਂ ਨੇ ਇੱਕ ਆਵਾਜ਼ ਦਿੱਤੀ ਹੈ, ਵਿਸ਼ਵਾਸ
ਪਰ ਗੁਰੂ ਵੀ ਵੱਖ ਵੱਖ ਗੁਰੂ ਜੇ ਗੁਰਮਤਿ ਇੱਕ ਨਹੀਂ ਤੇ ਇੱਕ ਲਫ਼ਜ਼ ਕਿਹੜਾ ਪਿਆ ਐਸੀ ਗੁਰਮਤਿ ਪਾਈ ਆ ਜੀ ਗੁਰੂ ਵੀ ਇੱਕ ਨਹੀਂ ਉੱਥੇ ਵੀ ਕਿਹੜਾ ਪਏਗਾ ਇਹੋ ਜਿਹਾ ਗੁਰੂ ਜੇ ਗੁਰਮਤਿ ਐਸੀ ਹੈ ਗੁਰੂ ਦੇ ਵੀ ਐਸੇ ਦਾ ਮਸਲਾ ਆ ਗਏ ਸਾਡੇ ਸਾਹਮਣੇ ਅੱਜ ਇੱਕ ਮਸਲਾ ਹੈ ਕਿ ਅਸੀਂ ਗੁਰਮਤ ਨੂੰ ਪਛਾਣੀਏ ਤੇ ਗੁਰਮਤ ਨੂੰ ਪਛਾਣਨ ਤੋਂ ਪਹਿਲਾਂ ਗੁਰੂ ਨੂੰ ਪਛਾਣੀਏ ਗੁਰੂ ਨੂੰ ਪਛਾਣਾ ਫਿਰ ਹੀ ਗੁਰਮਤ ਨੂੰ ਪਛਾਣ ਸਕਦਾ ਦੋਵਾਂ ਦੇ ਨਾਲ ਐਸਾ ਲਫ਼ਜ਼ ਜੋੜ ਇੱਥੇ ਕਹਿ ਦਿੱਤਾ ਅਜੇ ਕੁਝ ਕੰਮ ਰਹਿੰਦਾ ਹੈ ਕਦੀ ਅੱਠਵੀਂ ਚੋ ਇਵੇਂ ਦੇ ਦੇ ਇਵੇਂ ਪਾ ਲਓ ਕਾਰਖਾਨਾ ਬਣ ਰਿਹਾ ਤੈਨੂੰ ਭੁੱਖ ਲੱਗੀ ਮੰਜ ਰਿਹਾ ਪਤਨੀ ਆਖਦੀ ਅਜੇ ਦਾਲ ਪੂਰੀ ਬਣੇਗੀ ਤੈਨੂੰ ਪਸੰਦ ਨੇ ਅਧੂਰਾ ਸੂਟ ਤੈਨੂੰ ਪਸੰਦ ਨੇ ਅਧੂਰਾ ਗੁਰੂ ਤੈਨੂੰ ਕਿਵੇਂ ਪਸੰਦ ਆ ਕਿਹੜੀ ਅਜੀਬ ਗੱਲ ਹੈ ਜਿਹੜਾ ਗੁਰੂ ਪੂਰਾ ਹੈ ਉਹਦੀ ਹੀ ਮੱਤ ਪੂਰੀ ਹੋ ਸਕਦੀ ਹੈ ਉਹਦੇ ਵਿੱਚੋਂ ਹੀ ਬੁੱਧੀ ਪ੍ਰਕਾਸ਼ ਫੈਸਲਾ ਬਣੀ
ਬੋਲੀ ਉਸਨੂੰ ਮਾਤਾ ਤੁਸੀਂ ਬੁੱਧ ਪ੍ਰਕਾਸ਼ ਭਈ ਮਤ ਪੂਰੀ ਅਤੇ ਬਿਨਸੀ ਦੁਰਮਤ ਦੂਰੀ। ਅੱਜ ਵੀ ਦੁਰਮਤ ਅਤੇ ਦੂਰੀਆਂ ਪੈਦਾ ਹੋ ਰਹੀਆਂ ਨੇ, ਇਹ ਅਸੀਂ ਦੀ ਗੁਰੂ ਦੀ ਪਛਾਣ ਨਾ ਹੋਣ ਕਰ ਲੱਗੇ ਐਸੀ ਗੁਰਮਤ ਪਾਈ ਅਲੇ। ਇਹ ਮੇਰੀ ਭਾਈ, ਇਹ ਮੇਰੀ ਭਰਾ, ਆਪਣੀ ਜ਼ਿੰਮੇਵਾਰੀ ਸਮਝ। ਸਿਰਫ ਸੁਣ ਸੁਣ ਕੇ ਇੰਨਾ ਚਲ ਜਾ। ਕਹਿਣ ਲੱਗੇ ਆਪਣੀ ਜ਼ਿੰਮੇਵਾਰੀ ਸਮਝ, ਉਹ ਇਹ ਕਿ ਗੁਰੂ ਦੀ ਪਛਾਣ ਅਤੇ ਗੁਰਮਤ ਦੀ ਪਛਾਣ। ਕਿਉਂਕਿ ਜੇ ਗੁਰੂ ਦੀ ਪਛਾਣ ਨਹੀਂ ਹੋਏਗੀ, ਇਹ ਗੱਲ ਵੀ ਗੁਰੂ ਨੇ ਬਾਣੀ ਚਾਹ ਕੀਤੀ ਕਹਿਣ ਲੱਗੇ। ਕਦੋਂ ਹੁੰਦਾ ਹੈ? ਜਦੋਂ ਉਹਦਾ ਗੁਰੂ ਅੰਦਲਾ ਹੋਵੇ, ਉਹ ਗੁਰੂ ਦੀ ਪਛਾਣ ਨਾ ਕਰ ਸਕੇ। ਐਸਾ ਸੋਚਣਾ ਇਹੋ ਹੀ ਗੁਰੂ ਗੁਰੂ ਕੋਲੋਂ ਪੁੱਛਦੇ ਹੀ ਨਹੀਂ। ਕਿੰਨੇ ਵਿਚਾਰੇ ਕੀ ਕਰਨ ਜਿੱਦਣ ਉਹਨਾਂ
ਦੇ ਕੱਚੇ ਗੁਰੂ ਨੇ ਅਧੂਰੇ ਗੁਰੂ ਨੇ ਇੰਦਰੇ ਗੁਰੂ ਨੇ ਲਾ ਦਿੱਤਾ ਨਹੀਂ ਆਹੋ ਇੰਨੇ ਲਗਾਤਾਰ ਅਖੰਡ ਪਖੰਡ ਪਾਠ ਕਰਦੇ ਹੋ, ਇੰਨੇ ਚੰਗੀ ਸਾਹਿਬ ਪਾਠ ਕਰਦੇ ਹੋ, ਰੱਬ ਮਿਲ ਜਾਏਗਾ। ਜੋ ਮਤ ਦੇਣੀ ਉਹੋ ਹੀ ਮਤ ਹੋਣੀ, ਜਿਹਨਾਂ ਨੂੰ ਭਗਵਤੀ ਦੀ ਮਤ ਦਿੱਤੀ ਗਈ ਉਹ ਭਗਵਤੀ ਦੀ ਮਤ ਖੁਸ਼ ਹੈ ਪ੍ਰਸੰਨ, ਜਿਹਨਾਂ ਨੂੰ ਮਾਂ ਕਾਲ ਦੀ ਮਤ ਦਿੱਤੀ ਗਈ ਉਹ ਮਾਂ ਕਾਲ ਦੇ ਗੁਰਦੁਆਰੇ ਬਣਾ ਰਹੇ ਹਨ। ਬਾਬਾ ਕਬੀਰ ਕਹਿੰਦੇ ਨੇ ਮੈਨੂੰ ਕਿਸੇ ਵੀ ਉਹਨਾਂ ਜਿਹੜੇ ਅੱਖਰ ਮੀਟ ਕੇ ਤੁਰੇ ਹੋਏ ਨੇ, ਸ਼ਰਧਾ ਵਿੱਚ ਤੁਰੇ ਹੋਏ ਨੇ, ਮੈਨੂੰ ਉਹਨਾਂ ਦਾ ਦੋਸ਼ ਨਹੀਂ ਦਿਸਦਾ, ਦੋਸ਼ ਤੇ ਮੈਨੂੰ ਉਹਨਾਂ ਦਾ ਦਿਸਦਾ ਜਿਹੜੇ ਉਹਨਾਂ ਦੀ ਸ਼ਰਧਾ ਦਾ ਨਜਾਇਜ਼ ਫਾਇਦਾ ਉਠਾਉਂਦੇ। ਬਾਬਾ ਕਬੀਰ ਕਹਿੰਦੇ ਜਿਸ ਗੁਰੂ ਦੇ ਹੁੰਦੇ ਆ ਮਨੁੱਖ ਭਰਮਾਂ ਵਿੱਚ ਪੈ ਜਾਏ, ਭੁਲੇਖਿਆਂ ਵਿੱਚ ਪੈ ਜਾਏ, ਇੱਕ ਦੀ ਪਛਾਣ ਨਾ ਕਰ ਸਕੇ, ਕਹਿ ਲੱਗੇ ਡੁੱਬਦਾ ਬਚ ਜਾਂਦਾ।
ਸੀ ਪੁੱਛ ਲਿਆ ਜੀ ਕੈਸੀ, ਅਤੇ ਫਿਰ ਗੁਰੂ ਸਮਝਾਏਗਾ ਬੁੱਧ ਪ੍ਰਗਾਸ ਭਰੀ ਮਤਲਬ ਫਿਰ ਗੁਰੂ ਸਮਝਾਏਗਾ ਇੱਕ ਆਬਾ ਨੂੰ ਇੱਕ ਗੁਰੂ ਇੱਕੋ ਸ਼ਬਦ ਵਿਚਾਰ। ਇਸ ਲਈ ਜੇ ਅਸੀਂ ਇੱਕ ਦੇ ਪਿੱਛੇ ਲੱਗਾਂਗੇ ਸਾਡੀਆਂ ਮੰਡੀਆਂ ਨਹੀਂ ਬਣਦੀਆਂ ਬਲਕਿ ਮੰਡੀਆਂ ਖਤਮ ਹੋਣਗੀਆਂ। ਸਾਡੀਆਂ ਮੰਡੀਆਂ ਦਾ ਕਾਰਨ ਹੀ ਇੱਕ ਛੱਡ ਕੇ ਵੱਖ ਵੱਖ ਗੁਰੂਆਂ ਦਾ ਧਾਰਨ ਹੋਣਾ, ਵੱਖ ਵੱਖ ਗੁਰਮੁਖ ਦਾ ਧਾਰਨ ਹੋਣਾ। ਮੰਡੀਆਂ ਉਸ ਦਿਨ ਖਤਮ ਹੋਣਗੀਆਂ ਜਿਸ ਦਿਨ ਅਸੀਂ ਇੱਕੋ ਇੱਕ ਸ੍ਰੀ ਗੋਬਿੰਦ ਸਾਹਿਬ ਦੇ ਹੋ ਜਾਵਾਂਗੇ। ਇਹਨਾਂ ਸ਼ਬਦਾਂ ਨਾਲ ਤੁਹਾਡਾ ਦਾ ਚੁੱਕਾ ਫਤਿਹ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।